ਸਤਿ ਸ਼੍ਰੀ ਅਕਾਲ ਜੀ ਮੈਂ ਵਿਕਰਮ ਸਿੰਘ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਔਰ ਮੈਂ ਲਾਸਟ ਈਅਰ ਮੇਰੀ ਵਾਈਫ ਕੈਨੇਡਾ ਦੇ ਸਟੱਡੀ ਬੇਸ ਤੇ ਗਏ ਸੀਗੇ ਕੈਨੇਡਾ ਦੇ ਵਿੱਚ ਕਿਚਨਰ ਦੇ ਵਿੱਚ ਰਹਿੰਦੇ ਨੇ ਤੇ ਆਫਟਰ ਦੈਟ ਮੈਂ ਕੈਨੇਡਾ ਦਾ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਜੁਲਾਈ 2018 ਦੇ ਵਿੱਚ ਔਰ ਮੈਂ ਬਾਈ ਲੱਕੀਲੀ ਮੈਨੂੰ ਕੈਨੇਡਾ ਦਾ ਵਿਜ਼ਟਰ ਵੀਜ਼ਾ ਮਿਲ ਗਿਆ ਦੈਨ ਮੈਂ ਕੈਨੇਡਾ ਗਿਆ ਕੈਨੇਡਾ ਤੋਂ ਹੋ ਕੇ ਘੁੰਮ ਕੇ ਵਾਪਸ ਆ ਗਿਆ ਦੈਨ ਮੇਰੇ ਮਾਇੰਡ ਚ ਇਹ ਕੁਸ਼ਚਨ ਸੀਗਾ ਕਿ ਆਫਟਰ ਵਿਜ਼ਟਰ ਵੀਜ਼ਾ ਮੈਂ ਓਪਨ ਵਰਕ ਪਰਮਿਟ ਤੇ ਆਪਣੀ ਵਾਈਫ ਕੋ ਜਾ ਸਕਦਾ ਕਿ ਨਹੀਂ ਜਾ ਸਕਦਾ ਦੈਨ ਮੈਂ ਫੇਸਬੁੱਕ ਤੇ ਅਕਸਰ ਇਹ ਵੀਡੀਓ ਗੁਰਮੇਲ ਆਪ ਸਰ ਦੀਆਂ ਦੇਖਦਾ ਰਹਿੰਦਾ ਸੀਗਾ ਕਿ ਕਦੀ ਕਿਸੇ ਸਕਸੈਸ ਸਟੋਰੀ ਸ਼ੇਅਰ ਕਰਦੇ ਸੀ ਕਦੀ ਕਿਸੇ ਦੀ ਤਾਂ ਮੇਰੇ ਮਨ ਚ ਵੀ ਹੋਇਆ ਕਿ ਕਿਉਂ ਨਾ ਮੈਂ ਇੱਕ ਵਾਰ ਸਰ ਨਾਲ ਮਿਲ ਕੇ ਆਪਣਾ ਕੇਸ ਡਿਸਕਸ ਕਰਾਂ ਤਾਂ ਮੈਂ ਲੁਧਿਆਣਾ ਬ੍ਰਾਂਚ ਦੇ ਵਿੱਚ ਇੱਕ ਵਾਰ ਸਰ ਨੂੰ ਮਿਲਿਆ ਆਫਟਰ ਦੈਟ ਮੈਂ ਅਗੇਨ ਮੋਗਾ ਬ੍ਰਾਂਚ ਜਿਹੜਾ ਮੋਗਾ ਮੈਕਰੋ ਗਲੋਬਲ ਬ੍ਰਾਂਚ ਆ ਉੱਥੇ ਆ ਕੇ ਗੁਰਮੇਲ ਆਪ ਸਰ ਨੂੰ ਮਿਲਿਆ ਮਿਲ ਕੇ ਮੈਂ ਆਪਣਾ ਡਿਸਕਸ ਕੀਤਾ ਕਿ ਸਰ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਕਿ ਡੈਫੀਨੇਟਲੀ ਇਫ ਯੂ ਕੈਨ ਗੋ ਵਿਦਆਊਟ ਐਨੀ ਕੋਈ ਪ੍ਰੋਬਲਮ ਤੇ ਉਸ ਤੋਂ ਬਾਅਦ ਆਫਟਰ ਦੈਟ ਮੈਂ ਇੱਥੇ ਕੇਸ ਅਪਲਾਈ ਕੀਤਾ ਔਰ ਕੇਸ ਅਪਲਾਈ ਕਰਕੇ ਵਿਦ ਇਨ 2 ਮੰਥ ਮੇਰਾ ਵੀਜ਼ਾ ਮੇਰੇ ਹੈਂਡ ਚ ਔਰ ਵਿਦ ਇਨ 1 ਮੰਥ ਮੇਰਾ ਮੈਡੀਕਲ ਆ ਗਿਆ ਸੀਗਾ ਔਰ ਅੱਜ ਮੇਰਾ ਵੀਜ਼ਾ ਮੇਰੇ ਹੈਂਡ ਚ ਓਪਨ ਵਰਕ ਪਰਮਿਟ ਦਾ ਔਰ ਇੱਕ ਹੋਰ ਗੁੱਡ ਨਿਊਜ਼ ਇਹ ਹੈ ਕਿ ਉਨ੍ਹਾਂ ਨੇ ਮੇਰਾ ਵਿਜ਼ਟਰ ਵੀ ਕੈਂਸਲ ਨਹੀਂ ਕੀਤਾ ਔਰ 2026 ਤੱਕ ਮੇਰੇ ਕੋਲ ਵਿਜ਼ਟਰ ਆ ਔਰ 1 ਈਅਰ ਦਾ ਮੇਰੇ ਕੋਲ ਓਪਨ ਵਰਕ ਪਰਮਿਟ ਆ ਥੈਂਕਸ ਅ ਲੋਟ ਗੁਰਮੇਲ ਆਪ ਸਰ ਐਂਡ ਆਲ ਦੀ ਟੀਮ ਆਫ ਮੈਕਰੋ ਗਲੋਬਲ ਮੋਗਾ ਬ੍ਰਾਂਚ ਥੈਂਕਸ ਟੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।